ਮੇਰੇ ਸਾਈਂ ਦੇ ਕੰਮ ਨਿਰਾਲੇ, ਮੇਰੇ ਸਾਈਂ ਦੇ ਕੰਮ ਨਿਰਾਲੇ, ਮੇਰੇ ਸਾਈਂ ਦੇ ਕੰਮ ਨਿਰਾਲੇ, ਗਰ ਫਿਰੌਨ ਦੇ ਮੂਸਾ ਪਾਲੇ। ਯਾ ਅੱਲਾ ਤੇਰਾ ਸ਼ੁਕਰ ਹੈ। ਅੱਲਾ ਦੇ ਨਾਂ ਤੇ ਜ਼ਰਾ ਹੱਥ ਚਾਹ ਕੇ ਆਖੋ ਨਾ ਸੁਭਾਨ ਅੱਲਾ। ਮੇਰੇ ਸਾਈਂ ਦੇ ਕੰਮ ਨਿਰਾਲੇ, ਗਰ ਫਿਰੌਨ ਦੇ ਮੂਸਾ ਪਾਲੇ, ਉਹਨੂੰ ਕੋਈ ਮਿਸਮਾਹ ਨਹੀਂ ਸਕਦਾ ਜਿਸ ਡੀਵੇ ਨੂੰ ਆਪ ਚਬਾਲੇ। ਜ਼ਰਾ ਹੱਥ ਚਾਹ ਕੇ ਸੁਭਾਨ ਅੱਲਾ ਫਰਮਾਓ ਨਾ ਜ਼ਰਾ। ਸ਼ੁਕਰੀਆ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਥੋੜ੍ਹਾ ਜਿਹਾ ਜ਼ਹਿਨ ਰੱਖਿਆ ਹੈ, ਕੋਈ ਲਾ ਮਸੀਤੇ ਜਿਹੜੇ ਬੈਠਾ, ਕੋਈ ਲਾ ਮਸੀਤੇ ਜਿਹੜੇ ਬੈਠਾ, ਕੋਈ ਵਲ ਵਲ ਤਸਬੀ ਗੇੜੇ ਬੈਠਾ, ਉਹ ਜਿਸ ਦੀ ਚਾਹਤ ਰੁਲਾਇਆ ਖਾਵਰ, ਉਹ ਸ਼ਾਹ ਰਗ ਤੂੰ ਨੇੜੇ ਬੈਠਾ, ਜਿਸ ਦੀ ਚਾਹਤ ਰੁਲਾਇਆ ਖਾਵਰ, ਉਹ ਸ਼ਾਹ ਰਗ ਤੂੰ ਨੇੜੇ ਬੈਠਾ। ਇੱਕ ਕਿਤਾਬ ਪੇਸ਼ ਕਰ ਰਿਹਾ ਕਿਬਲਾ ਸ਼ਾਹ ਜੀ ਕਿ ਬਸ ਮੈਂ ਸੋਹਣੇ ਦਾ ਨਾਂ ਕਮਾਨਾ, ਬਸ ਮੈਂ ਸੋਹਣੇ ਦਾ ਨਾਂ ਕਮਾਨਾ, ਕੋਈ ਨੀ ਕੰਮ ਸ਼ਾਮ ਮੈਂ ਵੇਲਾ ਰਾਨਾ, ਕੋਈ ਪੁੱਛੇ ਸਾਬਿਰ ਤਾਂ ਦੱਸ ਛੁੜੀਂਦਾ ਏ, ਅਲੀ ਦੇ ਬੱਚਿਆਂ ਦਾ ਸਦਕਾ ਖਾਨਾ। ਜ਼ਰਾ ਇੱਕ ਵਾਰੀ ਹੱਥ ਉੱਚਾ ਕਰਕੇ ਸਾਰੇ ਬੋਲੋ ਨਾਰਾ ਏ ਹੈਦਰੀ। ਸ਼ੁਕਰੀਆ। ਇੱਕ ਦਫ਼ਾ ਕਰੀਮੇ ਕਾਇਨਾਤ ਦੀ ਜ਼ਾਤ ਤੇ ਦਰੂਦ ਪਾਕ ਦਾ ਨਜ਼ਰਾਨਾ ਪੇਸ਼ ਫਰਮਾਓ। ਕੋਈ ਜ਼ਮਾਨ ਖਾਮੋਸ਼ ਨਾ ਰਹੇ, ਪੜ੍ਹੀਏ ਅਸਲਾਤੁ ਵਸਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ। ਕੋਸ਼ਿਸ਼ ਕਰੋ, ਜ਼ਰਾ ਇੱਕ ਵਾਰੀ ਪੜ੍ਹੋ, ਕੋਸ਼ਿਸ਼ ਕਰ ਲਓ। ਅਸਲਾਤੁ ਵਸਸਲਾਮੁ ਅਲੈਕਾ ਯਾ ਸੈਯਦੀ ਯਾ ਹਬੀਬੱਲਾ, ਅਸਲਾਤੁ ਵਸਸਲਾਮੁ ਅਲੈਕਾ ਯਾ ਸੈਯਦੀ ਯਾ ਰਹਿਮਤਲ ਲਿਲ ਆਲਮੀਨ, ਵਅਲਾ ਆਲਿਕਾ ਵਸਹਾਬਿਕਾ ਯਾ ਸੈਯਦੀ ਯਾ ਖਾਤਮੁਨ ਨਬੀਯੀਨ। ਇੱਕ ਪੰਜਾਬੀ ਦਾ ਜੁਮਲਾ ਹੈ ਕਿਬਲਾ ਪੀਰ ਜੀ, ਕਿ ਤੇਰੇ ਕਾਣ ਮੈਂ ਰੋਨਾ ਦੇ ਰਾਤੀ, ਤੇਰੇ ਹਾਂ ਨੂੰ ਕੁਝ ਨਹੀਂ ਆਉਂਦਾ। ਹਾਂਜੀ, ਇਸ ਤੇ ਵੀ ਤੁਸੀਂ ਸਿਰ ਲਾਉਣਾ ਹੈ। ਸੁਣੋ ਜ਼ਰਾ ਗੱਲ, ਇਹ ਤੇ ਦੁਨੀਆਦਾਰੀ ਦਾ ਮਾਮਲਾ ਹੈ ਕਿ ਮੇਰਾ ਤਲਕ ਹੋਵੇ ਆਰਿਫ ਸਾਹਿਬ ਨਾਲ, ਕਿਬਲਾ ਸ਼ਾਹ ਹੋਰਾਂ ਨਾਲ, ਅਤੇ ਖੁਦਾ ਨਾ ਖਾਸਤਾ ਕੋਈ ਐਸਾ ਮਸਲਾ ਹੋਵੇ ਤਾਂ ਮੇਰੇ ਹਾਂ ਨੂੰ ਕੁਝ ਜ਼ਰੂਰ ਹੋ ਸੀ, ਅਤੇ ਮੈਂ ਸ਼ਾਹ ਹੋਰਾਂ ਨੂੰ ਕਾਲ ਕਰ ਸਕਾਂ ਕਿ ਭਾਈ ਜਾਨ ਕਿਬਲਾ ਪੀਰ ਜੀ ਖੈਰ ਮਿਆਰ ਤਾਂ ਹੈ ਨਾ, ਐਵੇਂ ਹਾਂ ਨੂੰ ਕੁਝ ਹੋਇਆ ਹੋਇਆ, ਠੀਕ ਹੈ। ਅਤੇ ਤੁਸੀਂ ਸਾਰਿਆਂ ਅਜ਼ਮਾਈ ਹੋਈ ਇਹ ਗੱਲ, ਤੁਸੀਂ ਆਪਣੇ ਰਿਸ਼ਤੇਦਾਰਾਂ ਵੱਲ, ਅਜ਼ੀਜ਼ ਵਾ ਕਾਰੇ ਵੱਲ ਲੱਗਦਿਆਂ ਵੱਲ ਫੋਨ ਕਰਕੇ ਪੁੱਛਦੇ ਹੋ ਵੀ ਖੈਰ ਮਿਆਰ ਤਾਂ ਹੈ ਨਾ ਯਾਰ, ਅੱਜ ਹਾਂ ਨੂੰ ਬੜਾ ਕੁਝ ਹੈ, ਇਹ ਖੇਪ ਸਾਡਾ ਦੁਨੀਆਂ ਦਾ ਤਲਕ। ਅਤੇ ਤੁਸੀਂ ਇਹ ਵੇਖੋ ਕਿ ਅੱਲਾ ਦੇ ਘਰ ਬਹਿ ਕੇ ਅਤੇ ਸੋਹਣੇ ਦੀ ਯਾਦ ਸਜਾ ਕੇ ਅਸੀਂ ਬੈਠੇ ਹਾਂ, ਤੁਹਾਡਾ ਕੀ ਖਿਆਲ ਹੈ ਕਿ ਅਸੀਂ ਦਿਲ ਦਿਮਾਗ ਲਾਈਏ ਗੁੰਮਦ ਖਦਰਾ ਦੀ ਤਰਫ, ਅਤੇ ਕਿਆ ਕਰੀਮ ਆਕਾ ਸਾਡੇ 'ਤੇ ਨਿਗਾਹ ਕਰਮ ਨਾ ਫਰਮਾਈ ਸਨ। ਹਾਂਜੀ, ਜਿਹਦਾ ਯਕੀਨ ਹੈ ਕਿ ਸਰਕਾਰ ਨਿਗਾਹ ਫਰਮਾਈ ਸਨ, ਹੱਥ ਚਾਹ ਕੇ ਸੁਭਾਨ ਅੱਲਾ ਫਰਮਾ ਲਓ। ਬੜੀ ਮਿਹਰਬਾਨੀ, ਇਹ ਥੋੜ੍ਹਾ ਜਿਹਾ ਦਿਲ ਦਿਮਾਗ ਤੁਸੀਂ ਗੁੰਬਦ ਖਜ਼ਰਾ ਦੀ ਤਰਫ ਰੱਖਣਾ, ਅਤੇ ਫਿਰ ਸਾਡੀ ਮਹਿਫਿਲ ਮਹਿਫਿਲ ਹੈ, ਠੀਕ ਹੈ। ਮਹਿਫਿਲ ਖਾਲੀ ਨਹੀਂ ਹੈ, ਮੈਂ ਤਾਂ ਟਿਕ ਗਿਆ ਮਹਿਫਿਲ ਵੇਖ ਕੇ ਕਿ ਜਿਸ ਵੇਲੇ ਤੁਹਾਡਾ ਦਿਲ ਕਰੇ ਆਰਿਫ ਭਾਈ ਮੈਨੂੰ ਪੜ੍ਹਾ ਲਵੇ, ਕਿਉਂਕਿ ਮਹਿਫਿਲ ਖਾਲੀ ਨਹੀਂ ਹੈ, ਠੀਕ ਹੈ। ਇਸ ਵਾਸਤੇ ਮਿਹਰਬਾਨੀ ਕਰਿਆ ਥੋੜ੍ਹਾ ਜਿਹਾ ਆਪਣਾ ਦਿਮਾਗ ਦਿਲ ਗੁੰਬਦ ਖਜ਼ਰਾ ਦੀ ਤਰਫ ਮੇਰੇ ਪੜ੍ਹਨ ਦਾ ਫਾਇਦਾ ਹੈ, ਅਤੇ ਸਾਊਂਡ ਵਾਲੇ ਦਾ ਫਾਇਦਾ ਹੈ, ਮੂਵੀ ਵਾਲੇ ਦਾ ਫਾਇਦਾ ਹੈ, ਤੁਹਾਡੇ ਆਉਣ ਦਾ ਫਾਇਦਾ। ਅਤੇ ਕਿਬਲਾ ਪੀਰ ਜੀ, ਮੈਂ ਪਹਿਲਾ ਕਲਾਮ ਪੇਸ਼ ਕਰ ਰਿਹਾ, ਦੋ ਸ਼ੇਰ ਬਾਈ ਅਵੈਸ ਸਾਹਿਬ ਔਰ ਬਾਈ ਅੱਲਾ ਦਿੱਤਾ ਸਾਹਿਬ ਨੇ, ਅਜੀ ਸਾਹਿਬ ਜ਼ਰਾ ਗੌਰ ਕਰਨਾ। ਕਿਬਲਾ ਸ਼ਾਹ ਜੀ, ਨਬੀ ਸਾਈਂ ਦਾ ਰੁਤਬਾ ਵਰਾਉਲ ਵਰਾਏ। ਅੱਛਾ ਜੀ, ਹੱਥ ਤੁਹਾਡਾ ਕੋਸ਼ਿਸ਼ ਕਰੇ ਨਾ, ਮੈਂ ਗੋਡੇ ਤੂੰ ਉਠੀਵਾਂ, ਉਹਨੂੰ ਰੁਕਿਆ ਹੈ ਨਾ, ਬੜੀ ਮਿਹਰਬਾਨੀ। ਨਬੀ ਸਾਈਂ, ਬਿਸਮਿਲਾ, ਨਬੀ ਸਾਈਂ ਦਾ ਰੁਤਬਾ ਵਰਾਉਲ ਵਰਾਏ, ਨਬੀ ਸਾਈਂ ਦਾ ਰੁਤਬਾ ਵਰਾਉਲ ਵਰਾਏ, ਕਿਉਂ ਸਵਾ ਲੱਖ ਚੋਂ ਇੱਕੋ ਹਬੀਬੇ ਖੁਦਾ, ਸਵਾ ਲੱਖ ਚੋਂ ਇੱਕੋ ਹਬੀਬੇ ਖੁਦਾ,
सवा लख चोहिको हबीबे खुदा सवा लख चोहिको हबीबे बीमारा नुरैना दवा दी जरूरत पावण जिसते निगाह मुस्तफाए पावण जिसते निगाह और किबला शाह जी किबला पीर साहब खसूसन साडा तुहाडा शेर है जे तुहाडी गल मिल जाए तो फिर जरूर बोलना एक शेर पेश कर रहे हैं दिल करता है दे देव आरिफ भाई किबला सना खान मशाइख उजाम ठीक है पढ़ने वाले साउंड वाले भाई मूवी वाले भाई परेशानी रोटी रोटी दी मुक गई ये मेरी परेशानी रोटी दी मुक गई ये मेरी क्यों रजावण खावण ईमान दिया दाए रजावण खावण ईमान दे अदाए रजावण खावण परेशानी रोटी ती मुक गई परेशानी रोटी दी मुक गई मेरी रजावण खावण इना दे अदाए रजावण खावण रजावण खवावण इनांदी अदाए क्या बात है किबला मैं शेर पेश कर रहा जी पीर साहिबान आप दे हवाले गल जरा सुनना रजावण खवावण इनांदी अदाए बाबा जी मेरे पास विखे शुक्रिया बूहे मंग मंग अड़िया ही घस गई बिस्मिल्लाह जी सागर भाई इस तू अगे शेर है जिस वास्ते तुहानू बिठाया है बिस्मिल्लाह जी बूहे मंग मंग बिस्मिल्लाह अड़िया ही घस गई अख शर्म तू चेंदे नासे बिस्मिल्लाह जी अब थोड़ी देर ना गेट बंद कर दियो जेड़ा सरकार दा लंगर खांदा है बंद कर दियो ऐसी महफिल है कमाल महफिल है सुनना जरा गौर करना मेहरबानी चलो खुला रहे कोई आ भी सकता यार खुला रहे खुला रहे मैं ते वैसे आखे तुसी अगां आ जासो हां जी बूहे मंग मंग अड़िया ही घस गई अख शर्म तू चेंदे नासे दर जदन दा तकिया है मदनी दा हथों छुट गए ता बिशकासे ते हुण आप वंडण दे आदि है पाक चा परते पासे सरकार बिना कोई अपना नहीं झूठे दे दिन लोग दिलासे रजावण खावण इना दे
अदाए सवाल जो ही को हबीबे रजावण खमावण इन्हां दी अदाए मैं एक होर शेर पेश करके अल्लाह की कसम चाह के अदा पिया अल्लाह दे घर बैठा आरिफ भाई मेरे पास वेख के शेर सुनाए मैं कदण दा भुखड़ा मर जांदा यार बोलो सुभान अल्लाह यार बोलो सुभान अल्लाह यार बोलो सुभान अल्लाह ए तकसीम सरकार दे हथी है ते जिन्नू पूरा पूरा हिस्सा मिलदा है जरा सुभान अल्लाह आखे जागना जरा मैं कदण दा भुखड़ा मर जांदा मैनू साईयां आण बचाया है जेड़े साईयां ले जरा हाथ चा के आखो ना सुभान अल्लाह फ्रंट आले भाई जरूर बोलना मैं कदण दा भुखड़ा मर जांदा मैनू साईयां आण बचाया है कासा ताबिश उदण दा नहीं चाया सोने खैर जदण दा पाया हर मुश्किल विच हिन आ जांदे मैं सदके ए आजमा दी सैर करण मैं ता इयो जे पीर बनाया है मैं इयो जे पीर बनाया रजावण खावण इनादी एक बारी हाथ चा के अदाए तुसी आखना है रजावण खावण इनादी अदाए और लोगों के दा सागर भाईओ शेर आ गया सागर भाईओ शेर आ गया कदी तुसी वेख्या भाई साउंड वाले किसी उठी के ते दात देवें ते लंगर भी पेश करें ते मूवी वाले भाई ऐ शेर ऐसा है अल्लाह पाक इन्हां नूं सलामत रखे और सागर भाई लोगों के दा कमीना ते कमला लोगो ओ केदा कमीना ते कमला जो पंज तन दे रुतबे नू भुलिया वदा जो पंज तन दे रुतबे भुलिया नबी ते अली दा घराना हयाला जिनू शाके ना बोले ते जिनू पाके अल्लाह दा घर गवाह बना के आला दे हाथ उठाना है नबी ते अली दा घराना हयाला ताबिश मासूमी गदाए जिन्ना ताबिश मासूमी नबी ते अली दा घराना हयाला जिन्ना ताबिश मासूमी गदाए एक शेर पेश कर रहे हैं तुसी तवज्जो देओ ते रूह दी गिज़ा मेरे जिम्मे ते किबला पीर साहिबान मेरे को जामिल लै लो चलो मैं एक जामिन नहीं दिंदा ऐ मेरे को सारे पीर जामिन लै लो अगर तवज्जो दे दियो ते सरूर दा मेरा जिम्मा है रूह दी गिज़ा दा मेरा जिम्मा है क्योंकि करीमा दा जिक्र है जग है हैरान जो कमलियां नू किसे चौण संभाले रखिया भाई क्या कहने थे मैंने यकीन हो गया बे एक बजे तू पीछे तुसी बोल लैंदे हो ते मैं जदों भी आया मैं अरे भाई नुमाक साहब भी एक तो बाद आला मेरा टाइम रखा है जी मुर्तजा भाई ए फ्रंट इज करंट भाई रवे करंट रवे दूसरी लाइन थोड़े जी में जग है हैरान जो कमलियां नू किसे चौण संभाले रखा है ओ जहरा पाक दा बाबा है जहें सानू पाली रखे ते भला होवे
अली दिया बच्चियां दा घर तो ओना उमर नो गाली रखे ओना उमर नो गाली रखे जेड़े ताबिश दुआर इस घर तो ओना उमर नो गाली रखे जिन्ना ताबिश मासूमी गदा जरा सुभान अल्लाह एक नात पढ़नी है मैं ते नात के बाद फिर जो हुक्मनामे पेश करने दो दो शेर ते ज्यादा नहीं भाई क्या कहने थोड़े अल्लाह पाक तुहानू सलामत रखे।